ਅੱਜ ਸਾਡੀ ਪੇਸ਼ੀ ਸੀਗੀ, ਉਹਦੀ ਡੇਟ ਹੈ ਜਿਹੜੀ ਉਹ 1 ਮਾਰਚ ਪਈ ਹੈ ਅਪੀਲ ਦੀ, ਔਰ ਜੋ ਦੂਸਰਾ ਸਟੇ ਔਨ ਕਨਵਿਕਸ਼ਨ ਦਾ ਜਿਹੜਾ 25 ਤਰੀਕ ਨੂੰ 31 ਤਰੀਕ ਤੱਕ ਜਿਹੜੀ ਸਟੇ ਹੋਈ ਸੀਗੀ ਉਹ ਅੱਜ ਮਾਨਯੋਗ ਜ਼ਿਲ੍ਹਾ ਅਦਾਲਤ ਨੇ ਟਿਲ ਫਾਈਨਲ ਡਿਸਪੋਜ਼ਲ ਕੇਸ ਉਹਦੇ ਤੱਕ ਜਿਹੜਾ ਹੈ ਉਹਨੂੰ ਸਟੇ ਜਿਹੜੀ ਕਨਵਿਕਸ਼ਨ 'ਤੇ ਦੇ ਦਿੱਤੀ ਹੈ। ਸੋ ਮੈਂ ਪਰਮਪਿਤਾ ਪਰਮਾਤਮਾ ਦਾ, ਜੁਡੀਸ਼ਲ ਸਿਸਟਮ ਦਾ, ਜ਼ਿਲ੍ਹਾ ਅਦਾਲਤ ਦਾ ਔਰ ਆਪਣੇ ਸਾਰੇ ਸਾਥੀਆਂ ਦਾ ਜਿਹੜੇ ਕਈ ਦਿਨਾਂ ਤੋਂ ਪਰਮਾਤਮਾ ਅੱਗੇ ਦੁਆਵਾਂ ਕਰ ਰਹੇ ਸੀਗੇ ਉਹਨਾਂ ਦਾ ਧੰਨਵਾਦ ਕਰਦਾ ਕਿ ਇਹ ਇੱਕ ਵੱਡੀ ਰਾਹਤ ਹੈ ਜਿਹੜੀ ਉਹ ਅੱਜ ਮੈਨੂੰ ਮਿਲੀ। ਜਿਹੜੀ ਸੀਗੀ ਜਿਹੜੀ ਅਪੀਲਾਂ ਹੈਗੀਆਂ ਨੇ ਅਪੀਲ ਦੇ ਵਿੱਚ ਪਈ ਹੈਗੀ 1 ਮਾਰਚ ਪੈਗੀ ਹੈ, ਅਤੇ ਜਿਹੜੀ ਕਨਵਿਕਸ਼ਨ ਦਾ ਸੀਗਾ ਜਿਹੜੀ 31 ਤੱਕ ਪਹਿਲਾਂ ਇੰਟਰਨ ਸਟੇ ਹੋਈ ਸੀ ਉਹ ਹੁਣ ਫਾਈਨਲ ਸਟੇ ਕਰਤੀ ਹੈ ਕੰਪਨੀ। ਓਕੇ, ਜਦੋਂ ਅਪੀਲ ਦਾ ਚੱਲੇਗੀ ਜਿੰਨਾ ਚਿਰ ਕਨਵਿਕਸ਼ਨ ਜਿਹੜੀ ਹੈਗੀ ਸਟੇ ਹੋਊਗੀ। ਕੀ ਲੱਗਦਾ ਜਿਸ ਤਰ੍ਹਾਂ ਸਟੇ ਮਿਲੀ ਹੈ ਕੀ ਫੈਸਲਾ ਜਿਹੜਾ ਅਰੋੜਾ ਸਾਹਿਬ ਦੇ ਹੱਕ ਦੇ ਚਾਹ ਸਰ? ਨਹੀਂ ਉਹ ਤਾਂ ਜਿਹੜੀ ਹੈਗੀ ਆ ਉਹ ਤਾਂ ਬਾਅਦ 'ਚ ਇਸ 'ਤੇ ਕਮੈਂਟ ਕਰਨਾ ਤਾਂ ਨਹੀਂ ਚਾਹੀਦਾ, ਬਾਅਦ 'ਚ ਹੋਏਗਾ ਹੈ, ਪਰ ਜਿਹੜਾ ਹੈਗਾ ਪ੍ਰਾਈਮ ਆਫ ਸਾਈ ਜਿਹੜਾ ਉੱਥੇ ਵੋਟ ਨੇ ਦੇਖ ਕੇ ਕੀਤਾ ਕਨਵਿਕਸ਼ਨ ਸਟੇ ਕੀਤੀ ਹੈ, ਤਾਂ ਉਸ ਦੇ 'ਚ ਜਿਹੜੇ ਹੈਗੇ ਨੇ ਅਪੀਲ ਦੇ ਵਿੱਚ ਗਰਾਊਂਡਸ ਹੈਗੇ ਨੇ, ਇਸ ਕਰਕੇ ਕਨਵਿਕਸ਼ਨ ਸਟੇ ਕੀਤੀ ਹੈ। ਠੀਕ ਹੈ, ਅੱਜ ਹਾਂ ਮਾਨਯੋਗ ਸੈਸ਼ਨ ਕੋਰਟ 'ਚ ਪੇਸ਼ੀ ਸੀਗੀ, ਸਟੇ ਗ੍ਰਾਂਟ ਕੀਤੀ ਹੈ ਜਿਹੜੀ ਪਿੱਛੇ ਜੇ ਇੰਟਰਨ ਕੀਤੀ ਸੀ ਉਹਨੂੰ ਸਟੇ ਕੀਤੀ ਹੈ, ਬਾਕੀ ਡੇਲ ਆਰਡਰ ਆਏਗਾ ਉਹਦੇ 'ਚ ਪਤਾ ਲੱਗੇਗਾ ਕਿ ਯੈਸ ਜੋ ਤੁਹਾਨੂੰ 2 ਸਾਲ ਦੀ ਸਜ਼ਾ ਹੋਈ ਹੈ ਉਹਨੂੰ ਕਿਵੇਂ ਸਟੇ ਦਿੱਤੀ ਹੈ, ਕੀ ਕਾਰਨ ਹੈ, ਕਿਉਂਕਿ ਉਸ ਦਿਨ ਜਿਸ 'ਤੇ ਬਹਿਸ ਹੋਈ ਸੀ ਉਹਦੇ 'ਚ 4 ਕੇਸ ਹੋਰ ਕ੍ਰਿਮੀਨਲ ਕੇਸ 4 ਪਾਏ ਗਏ ਸੀ ਕਿ ਅਮਨ ਅਰੋੜਾ ਦੇ 1996 ਤੋਂ ਲੈ ਕੇ 2020 ਤੱਕ 4 ਹੋਰ ਕ੍ਰਿਮੀਨਲ ਕੇਸ ਸੀ ਉਹ ਵੀ ਐਡ ਹੁੰਦੇ ਸੀ, ਉਹਨੂੰ ਵੇਖ ਕੇ ਲੱਗਦਾ ਸੀ ਕਿ ਸਟੇ ਨਹੀਂ ਮਿਲੇਗੀ, ਪਰ ਚਲੋ ਜੱਜ ਸਾਹਿਬ ਨੇ ਕੀਤੀ ਹੈ, ਮੈਰਿਟ 'ਤੇ ਕੀਤੀ ਨਹੀਂ ਕੀਤੀ ਹੈ, ਦੇਖਣਾ ਪਏਗਾ ਜਦੋਂ ਡਿਟੇਲ ਆਰਡਰ ਆਏਗਾ ਔਰ ਉਸ ਤੋਂ ਬਾਅਦ ਦੇਖਾਂਗੇ। ਠੀਕ ਹੈ, ਠੀਕ ਹੈ, ਐਡਵੋਕੇਟਸ ਨਾਲ ਸਲਾਹ ਕਰਕੇ ਹਾਈ ਕੋਰਟ। ਠੀਕ ਠੀਕ ਠੀਕ।